ਹਰਜੀਤ ਅੱਜ ਔਨਲਾਈਨ ਜਿਹੜੀ ਮੇਰੀ ਇੰਟਰਵਿਊ ਹੋਈ ਹੈ ਨਾ, ਉਹ 'ਚ ਕੁੜੀ ਨੇ ਮੈਨੂੰ ਸਵਾਲ ਕੀਤਾ, ਕਹਿੰਦੀ ਸਰ ਤੁਸੀਂ ਆਪਣੀ ਘਰ ਵਾਲੀ ਦਾ ਕਹਿਣਾ ਮੰਨਦੇ ਹੋ? ਅੱਛਾ, ਫਿਰ ਕੀ ਜਵਾਬ ਦਿੱਤਾ ਉਹਨੂੰ ਫਿਰ ਤੁਸੀਂ? ਮੈਂ ਕਿਹਾ ਔਰ ਚਾਰਾ ਵੀ ਕੀ ਹੈ ਮੇਰੇ ਕੋਲ। ਮੈਂ ਕਿਹਾ ਜਦੋਂ ਵੀ ਅਸੀਂ ਆਪਾਂ ਆਪਣੇ ਘਰ ਗੱਲ ਕਰੀਏ, ਸਾਡੇ ਘਰ ਦੇ ਇਹ ਨਹੀਂ ਕਹਿੰਦੇ ਕਿ ਹੌਲੀ ਬੋਲੋ, ਇਹ ਕਹਿਣਗੇ ਹੋਰ ਉੱਚੀ ਬੋਲੋ, ਅਜੇ ਨਾਲ ਦੇ ਘਰ ਤੁਹਾਡੀ ਆਵਾਜ਼ ਨਹੀਂ ਗਈ ਅਜੇ। ਸਹੀ ਗੱਲ, ਨਹੀਂ ਅਸੀਂ ਇੰਨੀ ਉੱਚੀ ਬੋਲਦੇ ਹਾਂ। ਨੋ 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 ਇਹ ਤਾਂ ਹੁਣ ਤੈਨੂੰ ਪਤਾ ਹੋਏਗਾ, ਮੈਂ ਤਾਂ ਕਦੀ ਬੋਲ ਕੇ ਨਹੀਂ ਵੇਖਿਆ, ਰੌਲਾ ਤੂੰ ਪਾਉਂਦੀ ਰਹੀ ਨੀ, ਤੈਨੂੰ ਕਹਿੰਦੇ ਹੋਣੇ, ਮੈਨੂੰ ਤਾਂ ਕਦੀ ਕਿਹਾ ਨਹੀਂ। ਮੈਂ ਕਿਹਾ ਹਰੇਕ ਘਰ ਵਾਲੇ ਨੂੰ ਵਿਆਹ ਤੋਂ ਪਹਿਲਾਂ ਤਾਂ ਬੜੀ ਜਨਾਨੀ ਚੰਦਰਮਾ ਵਰਗੀ ਲੱਗਦੀ ਹੈ, ਤੇ ਵਿਆਹ ਤੋਂ ਬਾਅਦ ਚ ਕਿਹਾ ਹਿਟਲਰ ਲੱਗਦੀ ਹੈ। ਪਹਿਲੇ ਇਸਤੇਮਾਲ ਕਰੇ ਫਿਰ ਵਿਸ਼ਵਾਸ ਕਰੇ, ਇਹ ਤਾਂ ਵੱਡੇ ਵੱਡੇ ਪਾਊਡਰ ਕੰਪਨੀਆਂ ਵਾਲੇ ਵੀ ਕਹਿੰਦੇ ਆ ਕਿ ਪਹਿਲਾਂ ਚੀਜ਼ ਪਰਖ ਕੇ ਵੇਖ ਲਓ ਫਿਰ ਵਿਸ਼ਵਾਸ ਕਰਿਓ। ਜੇ ਤੁਹਾਡੀ ਘਰ ਦੀ ਕਹਿੰਦੀ ਹੈ ਨਾ ਤੁਹਾਨੂੰ ਵੀ ਮੈਂ ਤੁਹਾਨੂੰ ਬੱਚਿਆਂ ਤੋਂ ਵੱਧ ਪਿਆਰ ਕਰਦੀ ਹਾਂ, ਤਾਂ ਉਹ ਬਿਲਕੁਲ ਝੂਠ ਬੋਲਣ ਡਈ ਜੇ, ਕਿਉਂਕਿ ਘਰ ਦੀ ਬੱਚਿਆਂ ਨੂੰ ਗੁਆਂਢਣ ਕੋ ਛੱਡ ਕੇ ਜਾ ਸਕਦੀ ਹੈ, ਪਰ ਘਰ ਵਾਲੇ ਨੂੰ ਗੁਆਂਢਣ ਕੋ ਛੱਡ ਕੇ ਨਹੀਂ ਜਾ ਸਕਦੀ। ਹਰਜੀਤ ਤੈਨੂੰ ਪਤਾ ਜੇ ਘਰ ਵਾਲੀ ਨੂੰ ਟੈਨਸ਼ਨ ਦੇਣੀ ਹੋਵੇ ਨਾ ਤੇ ਉਹਨੂੰ ਕੀ ਕਹਿਣਾ ਚਾਹੀਦਾ? ਕੀ ਕਹਿਣਾ ਚਾਹੀਦਾ? ਚੱਲ ਛੱਡ, ਕੱਲ ਨੂੰ ਦੱਸਾਂਗਾ। ਨਹੀਂ ਦੱਸੋ ਨਾ ਫਿਰ। ਨਹੀਂ ਨਹੀਂ ਛੱਡ, ਕੱਲ ਨੂੰ ਦੱਸਾਂਗਾ। ਆਈ ਮੀਨ ਟੈਨਸ਼ਨ ਹੋ ਜਾਣੀ। ਨਹੀਂ ਦੱਸੋ ਫਿਰ, ਕੱਲ ਨੂੰ ਦੱਸਾਂਗਾ। ਨਹੀਂ ਹੁਣੇ ਦੱਸੋ ਨਾ, ਮੈਨੂੰ ਟੈਨਸ਼ਨ ਜੀ ਲੱਗੀ ਰਹਿੰਦੀ। ਦੱਸੋ ਕੱਲ ਨੂੰ ਦੱਸਾਂਗਾ। ਨਹੀਂ ਦੱਸੋ ਨਾ, ਨਹੀਂ ਫਿਰ ਹੁਣ ਕੱਲ ਨੂੰ ਦੱਸਾਂਗਾ। ਕੱਲ ਨੂੰ ਨਹੀਂ ਹੁਣੇ ਉਹ ਛੱਡ, ਪਰ ਕੱਲ ਨੂੰ ਦੱਸਾਂਗਾ। ਨਹੀਂ ਮੈਂ ਹੁਣੇ ਸੁਣਨਾ, ਹੁਣੇ ਦੱਸਾਂਗਾ ਕੱਲ ਨੂੰ। ਕੀ ਇੰਨੀ ਗੌਰ ਨਾਲ ਵੇਖਣ ਡੇ ਇਹ ਮੈਰਿਜ ਸਰਟੀਫਿਕੇਟ ਤੋਂ? ਇੱਥੇ ਕਿਤੇ ਐਕਸਪਾਇਰੀ ਡੇਟ ਤੇ ਉਹਨਾਂ ਲਿਖੀ ਨਹੀਂ ਤੇ ਹਰਜੀਤ, ਜੇ ਕਿਤੇ ਰਿਸ਼ਤੇ ਆਧਾਰ ਕਾਰਡ ਵਾਲੀ ਫੋਟੋ ਤੇ ਹੋਣ ਨਾ ਤੇ ਮੈਂ ਨਾ ਤੇਰਾ ਰਿਸ਼ਤਾ ਤੇ ਕਦੀ ਵੀ ਨਾ ਸਿਰੇ ਚੜਦਾ। ਅੱਛਾ, ਮੰਨਿਆ ਕਿ ਜੇ ਮੇਰੀ ਨਹੀਂ ਬਹੁਤੀ ਸੋਹਣੀ ਆਈ ਫੋਟੋ ਉੱਤੇ, ਚੱਜ ਦੀ ਤੇ ਤੁਹਾਡੀ ਵੀ ਨਹੀਂ ਆਈ। ਜੇ ਮੇਰਾ ਨਹੀਂ ਨਾ ਸਿਰੇ ਚੜਨਾ, ਤੁਹਾਡਾ ਵੀ ਨਹੀਂ ਚੜਨਾ। ਤੁਸੀਂ ਭਾਵੇਂ ਜਿੰਨੇ ਮਰਜ਼ੀ ਪੜ੍ਹੇ ਲਿਖੇ ਹੋਵੋ, ਇੱਕ ਵਾਰੀ ਤੁਹਾਡੀ ਘਰ ਵਾਲੀ ਨੇ ਕਹਿ ਦਿੱਤਾ ਨਾ ਵੀ ਤੁਸੀਂ ਨਹੀਂ ਸਮਝੋਗੇ, ਇਹਦਾ ਮਤਲਬ ਨਹੀਂ ਸਮਝੋਗੇ, ਫਿਰ ਭਾਵੇਂ ਜਿੰਨੀਆਂ ਮਰਜ਼ੀ ਡਿਗਰੀਆਂ ਲਈ ਫਿਰੋ। ਤੁਹਾਨੂੰ ਸਮਝਾ ਸਕਦੀ। ਕਦੇ ਵੀ ਰੰਗ ਵੇਖ ਕੇ ਵਿਆਹ ਨਾ ਕਰੋ, ਕਿਉਂਕਿ ਭੂਰੀ ਕੀੜੀ ਕਾਲੀ ਕੀੜੀ ਨਾਲੋਂ ਜ਼ਿਆਦਾ ਦੰਦੀ ਵੱਢਦੀ ਜੇ।